ਹਾਂਜੀ ਗਾਈਸ, ਹੋ ਗਏ ਆਪਾਂ ਤਿਆਰ। ਅੱਜ ਕਰਾਂਗੇ ਟਰੈਵਲ ਬਲੌਗ। ਗਵਾਲੀਅਰ ਟੂ ਕਿੱਧਰ ਜਾਣਾ? ਜੈਪੁਰ। ਗਵਾਲੀਅਰ ਟੂ ਜੈਪੁਰ ਦਾ ਬਲੌਗ ਚੱਲਦੇ ਹਾਂ, ਵਿਖਾਉਂਦੇ ਆਪ ਜੀ ਨੂੰ ਨਵਾਂ ਐਕਸਪੀਰੀਅੰਸ। ਟ੍ਰੇਨ ਦਾ ਤਾਂ ਬਹੁਤ ਪਾਇਆ। ਤਿਆਰ, ਫਸਟ ਕਲਾਸ, ਛੇਤੀ ਛੇਤੀ ਹੋ ਤਿਆਰ। ਕੀ ਕਹਿੰਦੇ ਮੰਮੀ? ਪਾ ਦਿਓ ਚੋੜੇ 'ਚ, ਪਾ ਸਮਾਨ ਸਾਰਾ ਲੈ ਲਿਆ। ਪੜਨਾ ਨਹੀਂ ਖੜਨਾ, ਤੌਲੀਆ ਕੱਢ ਕੇ ਦੇ ਦਿਓ ਯਾਰ। ਨਹੀਂ ਇਹਦੇ 'ਚ ਥੋੜ੍ਹੀ, ਉਹ ਬੈਗ 'ਚ ਹੈ, ਦੂਜੇ 'ਚ, ਵੱਡੇ ਬੈਗ 'ਚ, ਉਹਦੇ 'ਚ ਹੈ ਲਾਲ ਰੰਗ ਦਾ। ਨਹੀਂ ਉੱਤੇ ਮੈਂ ਪਰਨਾ ਕੱਢਿਆ ਨਾ ਆਪਣਾ, ਉਹਦੇ ਵਿੱਚ ਹੈਗਾ। ਤੌਲੀਆ ਲੈ ਲਓ, ਆਹ ਦੇ ਦਿਓ ਯਾਰ, ਤੌਲੀਆ ਆਹ ਵਾਲਾ ਦੇ ਦਿਓ। ਇਹਦੇ 'ਚ ਕੀ ਕਰਨਾ ਹੈ? ਆਹ ਆਹ ਦੇ ਦਿਓ, ਦੇ ਦੇ ਦਿਓ, ਉੱਥੇ ਨਹਾਉਣਾ ਧੋਣਾ ਪੈ ਜਾਂਦਾ। ਹੋਰ ਕੀ ਪੁੰਜਣਾ, ਪਾ ਲਓ ਚੰਗਾ। ਦਵਾਈ ਦੇ ਦੋ ਯਾਰ, ਕੱਲ ਮਿਲਦੇ ਆ ਛੱਤੀ। ਓਕੇ ਚਲੀਏ। ਜਿਵੇਂ ਕਿ ਆਪ ਜੀ ਨੇ ਦੱਸਿਆ, ਅੱਜ ਅਸੀਂ ਚੱਲੇ ਹਾਂ ਰਾਜਸਥਾਨ ਦੀ ਨਗਰੀ ਜੈਪੁਰ 'ਚ। ਆਹ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੀ ਦਾਤਿਆ, ਮਿਹਰ ਭਰਿਆ ਹੱਥ ਰੱਖੀ ਦਾਤਿਆ। ਹਾਂਜੀ ਜੈਪੁਰ ਚੱਲੇ ਹਾਂ, ਜਿਹੜੀ ਕਿ ਰਾਜਸਥਾਨ 'ਚ ਪੈਂਦੀ ਹੈ, ਲੋਕ ਪਿੰਕ ਸਿਟੀ ਤੋਂ ਵੀ ਇਹਨੂੰ ਜਾਣਦੇ ਨੇ। ਚੱਲੇ ਹਾਂ ਔਰ ਆਪ ਜੀ ਨੂੰ ਵਿਖਾਉਂਦੇ ਹਾਂ। ਆਹ ਸਾਡੇ ਗੇਟ ਵਾਲੇ ਭਾਈ ਸਾਹਿਬ ਜੀ ਹੁਣ ਗੇਟ ਖੋਲ੍ਹਤਾ ਹੈ, ਜਗਜੀਤ ਸਿੰਘ ਜੀ ਨੇ। ਔਰ ਚੱਲਦੇ ਹਾਂ ਆਪ ਜੀ ਨੂੰ ਵਿਖਾਉਂਦੇ ਹਾਂ ਅੱਗੇ ਐਤਕੀ ਬੱਸ 'ਤੇ ਟਰੈਵਲ ਕਰਨਾ ਕਿਹੋ ਜਿਹਾ ਰਹਿੰਦਾ ਸਫ਼ਰ, ਔਰ ਜੈਪੁਰ 'ਚ ਕੀ ਕੰਮ ਹੈ ਉਹ ਆਪ ਜੀ ਨੂੰ ਜਿਵੇਂ ਅੱਗੇ ਆਉਣ ਵਾਲੇ ਬਲੌਗ ਹੋਣਗੇ ਉਹਨਾਂ 'ਚ ਆਪ ਜੀ ਨੂੰ ਪਤਾ ਲੱਗ ਜਾਏਗਾ। ਰਾਤ ਨੂੰ, ਰਾਤ ਦਾ ਟਾਈਮ ਹੋ ਗਿਆ ਹੈ ਜੀ, 9:45 ਦਾ ਟਾਈਮ ਹੈ, 10:15 'ਤੇ ਆਪਣੀ ਬੱਸ ਹੈ, ਔਰ ਡੌਗੀ ਇੱਦਾਂ ਘੁੰਮਦੇ ਹੋਏ ਔਰ ਭੌਂਕਦੇ ਹੋਏ ਜੋ ਉਹਨਾਂ ਦਾ ਕੰਮ ਹੈ। ਕਿਉਂ ਜੀ? ਨਾ ਸਹੀ ਗੱਲ ਹੈ ਨਾ? ਸਹੀ ਗੱਲ ਹੈ। ਹਾਂਜੀ ਔਰ ਦੇਖਦੇ ਹਾਂ ਹੁਣ ਇੱਥੋਂ ਉੱਤਰਦੇ ਸਾਰ ਵੇਖਿਆ ਜਾਏ ਕਿੰਨਾ ਸੋਹਣਾ ਵਿਊ ਹੈ, ਪੂਰਾ ਗਵਾਲੀਅਰ ਦਿਖਦਾ ਹੈ ਜਿਵੇਂ ਕਿ ਆਪ ਜੀ ਵੇਖ ਸਕਦੇ ਹੋ। ਵੇਖੋ ਕਿੰਨਾ ਸ਼ਾਨਦਾਰ, ਲਾਈਟਾਂ ਟਿਮ ਟਿਮ ਕਰਦੇ ਜਿਵੇਂ ਤਾਰੇ ਸਾਰੇ ਥੱਲੇ ਹੀ ਆਏ ਹੋਣ। ਬਹੁਤ ਹੀ ਜ਼ਿਆਦਾ ਸੋਹਣਾ ਵਿਊ ਹੈ ਇੱਥੋਂ ਦਾ ਨਾ, ਵੇਖਣ ਲਾਇਕ ਹੈ। ਹਾਂਜੀ ਉਹ ਅੱਗੋਂ ਆ ਗਈ ਗੱਡੀ, ਆਹ ਜਿਹੜੀਆਂ ਜੈਨੀਆਂ ਦੀਆਂ ਮੂਰਤੀਆਂ ਨੇ ਆਹ ਬਹੁਤ ਸਾਲਾਂ ਪਹਿਲਾਂ ਦੀਆਂ ਨੇ, ਉਹ ਕਿੰਨੇ ਤਰੀਕੇ ਨਾਲ ਬਣਾਈਆਂ ਹੋਣੀਆਂ ਨਾ। ਹਾਂਜੀ ਬਹੁਤ ਸਾਲਾਂ ਪਹਿਲਾਂ ਦੀਆਂ, ਬਹੁਤ ਤਰੀਕੇ ਨਾਲ ਬਣਾਈਆਂ ਨੇ, ਇੰਨੀਆਂ ਵੱਡੀਆਂ ਸਾਨ ਥੋੜ੍ਹੀ ਨੇ। ਹਾਂਜੀ ਹਾਂਜੀ ਆਹ ਵੇਖੋ ਹੁਣ ਰਾਹ ਸਾਰੇ ਖਾਲੀ ਨੇ, ਸਵੇਰੇ ਇੱਥੋਂ ਗੱਡੀ ਨਹੀਂ ਨਿਕਲ ਸਕਦੀ। ਹਾਂਜੀ ਆਹ ਆ ਗਿਆ ਸਾਡਾ ਫੂਲਵਾ ਗੁਰੂ ਘਰ, ਇੱਥੇ ਆਪਾਂ ਗੱਡੀ ਖੜੀ ਕਰ ਦਿੰਦੇ ਹਾਂ, ਫਿਰ ਵੇਖਦੇ ਹਾਂ, ਫਿਰ ਇੱਥੋਂ ਹੀ ਆਪਾਂ ਆਟੋ ਕਰ ਲਵਾਂਗੇ, ਆਟੋ ਕਰਕੇ ਫਿਰ ਅਸੀਂ ਜਾਂਦੇ ਹਾਂ ਅੱਗੇ ਬੱਸ ਸਟੈਂਡ। ਹਾਂ ਬੱਸ ਸਟੈਂਡ ਚਲੋ, ਮੈਨੂੰ ਇੱਥੇ ਲਾ ਦਿਓ ਨਾ, ਇੱਥੇ ਲਾ ਦਿਓ ਫਿਰ ਚੱਲਦੇ ਹਾਂ। ਹਾਂਜੀ ਹੁਣ ਡੈਡੀ ਜੀ ਚੱਲੇ ਨੇ ਐਕਟੀਵਾ ਨੂੰ ਅੰਦਰ ਖੜੀ ਕਰਨ, ਖੜੀ ਕਰਕੇ ਆਉਂਦੇ ਨੇ ਫਿਰ ਚੱਲਦੇ। ਆਹ ਫੂਲਵਾ ਗੁਰੂ ਘਰ ਹੈ ਗੁਰੂ ਨਾਨਕ ਦੇਵ ਜੀ ਦਾ, ਹੁਣ ਅੰਦਰ ਖੜੀ ਪੜਾਓ ਅਤੇ
ਇੱਥੇ ਐਗਜਿਟ ਬੱਸ ਆ ਜਾਣੀ ਆ 20 ਮਿੰਟ ਤੱਕ। ਆ ਦੂਜੀ ਰਾਜ ਵਾਲਿਆਂ ਦੀ ਬੱਸ, ਉਹ ਜਾ ਕੇ ਉਹਨਾਂ ਦਾ ਆਫਿਸ ਹੈ ਜੇ ਪਿੱਛੇ। ਅੱਛਾ, ਲਾਇਆ ਨਹੀਂ ਫੋਨ, ਚੱਕਿਆ ਨਹੀਂ, ਬੈਠੇ ਹੋਏ ਨੇ ਚਾਰੋਂ ਪਾਸੇ, ਇੰਤਜ਼ਾਰ ਕਰਦੇ ਨੇ ਬੱਸ ਦਾ। ਬੱਸ ਹਲੇ ਤੱਕ ਨਹੀਂ ਆਈ, ਹੈਂ, ਲੇਟ ਨਹੀਂ ਹੋਈ ਆ ਚੱਲੀ। ਹਾਂਜੀ ਗਾਈ, ਜੇ ਆ ਐਪੀਸੋਡ ਆਪ ਜੀ ਨੂੰ ਪਹਿਲਾਂ ਵਧੀਆ ਲੱਗਾ ਹੋਵੇ ਤਾਂ ਲਾਈਕ, ਕਮੈਂਟ ਔਰ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਹੈ ਆਪ ਜੀ ਨੇ, ਔਰ ਕਮੈਂਟਾਂ 'ਚ ਦੱਸਣਾ। ਸੈਕਿੰਡ ਆਪਾਂ ਛੇਤੀ ਪਾਵਾਂਗੇ, ਘਬਰਾਉਣ ਦੀ ਕੋਈ ਲੋੜ ਨਹੀਂ, ਕਿਉਂਕਿ ਅੱਗੇ ਦੀ ਜਰਨੀ ਨਾ ਬਹੁਤ ਚੰਗੀ ਹੋਣ ਵਾਲੀ ਹੈ। ਆਪ ਜੀ ਦੀ ਸਪੋਰਟ ਰਹੀ ਤਾਂ ਆਪਾਂ ਛੇਤੀ ਪਾਉਂਦੇ ਹਾਂ, ਔਰ ਨਵੇਂ ਨਵੇਂ ਬਲੌਗ ਬਣਾਉਂਦੇ ਹਾਂ। ਹੁਣ ਸ਼ਾਰਟ ਵੀ ਸਟਾਰਟ ਕੀਤੀਆਂ ਨੇ ਆਪਾਂ, ਪਿਆਰ ਦਿਓ, ਵੇਖੋ, ਸ਼ੇਅਰ ਕਰੋ, ਔਰ ਇੰਜੋਏ ਕਰੋ ਜ਼ਿੰਦਗੀ 'ਚ। ਹੱਸਣਾ ਔਰ ਇੰਜੋਏਮੈਂਟ ਬਹੁਤ ਜ਼ਰੂਰੀ, ਅਤੇ ਹੱਸੋ ਖੇਡੋ ਔਰ ਸਾਡੀ ਵੀਡੀਓ ਵੇਖਦੇ ਰਹੋ, ਅਤੇ ਵਧੀਆ ਲੱਗੇ ਵੇਖਦੇ ਵੇਖ ਲਓ, ਨਾ ਵੇਖੋ ਤੁਹਾਡੀ ਮਰਜ਼ੀ, ਲੇਕਿਨ ਵੇਖ ਲਓ, ਵਧੀਆ ਹੌਸਲਾ ਮਿਲਦਾ। ਧੰਨਵਾਦ, ਬਹੁਤ ਬਹੁਤ।